ਕਿ ਮੇਰੇ ਪਿਤਾ ਜੀ ਦੇ ਜੋ ਵੋਟ ਲਗਾ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਫੋਟੋਆਂ ਨਾਲ ਲਗਾ ਕੇ ਭਾਰਤ ਕੈਂਪ ਲਗਾਏ, ਅਸੀਂ ਸਾਰੇ ਜਾਣਦੇ ਹਾਂ, ਜਲੰਧਰ ਵੈਸਟ ਦੀ ਸਾਰੀ ਜਨਤਾ ਜਾਣਦੀ ਹੈ ਕਿ ਮੇਰੇ ਪਿਤਾ ਸ਼੍ਰੀ ਭਗਤ ਸਿੰਘ ਲਾਲ ਜੀ, ਜਿਨ੍ਹਾਂ ਦੀ ਆਯੂ 90 ਸਾਲ ਤੋਂ ਜ਼ਿਆਦਾ ਹੈ, ਉਹ ਰਾਜਨੀਤਿਕ ਐਕਟਿਵ ਪੋਲੀਟਿਕਸ ਤੋਂ ਸੰਨਿਆਸ ਲੈ ਚੁੱਕੇ ਨੇ ਔਰ ਆਪਣਾ ਜੀਵਨ ਬਤੀਤ ਕਰ ਰਹੇ ਨੇ ਘਰ ਰਹਿ ਕੇ। ਉਹ ਕਿਸੇ ਵੀ ਰਾਜਨੀਤਿਕ ਫੰਕਸ਼ਨ 'ਚ, ਕਿਸੇ ਵੀ ਰਾਜਨੀਤਿਕ ਮੂਵਮੈਂਟ 'ਚ, ਐਕਟੀਵਿਟੀ 'ਚ ਕੰਮ ਨਹੀਂ ਕਰ ਰਹੇ, ਹਿੱਸਾ ਨਹੀਂ ਲੈ ਰਹੇ। ਇਸ ਕਰਕੇ ਉਹਨਾਂ ਦੀ ਜੋ ਫੋਟੋ ਇਸ ਕਰਕੇ ਲਗਾਉਣਾ ਕਿ ਸਾਨੂੰ ਵੋਟਾਂ ਮਿਲ ਜਾਣਗੀਆਂ, ਕਿਉਂਕਿ ਸਾਡਾ ਇੱਕ ਪਰਿਵਾਰ ਇੱਕ ਹੈ, ਅਸੀਂ ਸਾਰੇ ਹੀ ਇੱਕ ਪਰਿਵਾਰ ਇਕੱਠੇ ਹਨ। ਔਰ ਮੈਂ ਆਮ ਆਦਮੀ ਪਾਰਟੀ ਦਾ ਇੱਕ ਕਾਰਜਕਰਤਾ ਹੋਣ ਦੇ ਨਾਤੇ, ਜਿਸ ਪਾਰਟੀ ਨੇ ਮੈਨੂੰ, ਆਮ ਆਦਮੀ ਪਾਰਟੀ ਨੇ ਆਪਣੇ ਜਲੰਧਰ ਵੈਸਟ ਦਾ ਇੱਕ ਹਲਕਾ ਇੰਚਾਰਜ ਬਣਾਇਆ ਹੈ, ਇੰਚਾਰਜ ਆਫ ਜਲੰਧਰ ਵੈਸਟ ਬਣਾਇਆ ਹੈ, ਮੈਂ ਜਿੱਥੇ ਪਾਰਟੀ ਦਾ ਧੰਨਵਾਦ ਕਰਨਾ, ਉੱਥੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਨੂੰ ਔਰ ਖਾਸ ਕਰਕੇ ਜਲੰਧਰ ਵੈਸਟ ਦੇ ਕਾਰਜਕਰਤਾ ਨੂੰ ਮੈਂ ਇੱਕ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਅਸੀਂ ਸਾਰਿਆਂ ਨੇ ਜੋ ਵੋਟਾਂ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਜੀ ਨੂੰ ਪਾਉਣੀਆਂ ਹਨ। ਔਰ ਮੈਂ ਇੱਕ ਗਿਲਾ ਔਰ ਇੱਕ ਗੱਲ ਸੱਚਾਈ ਲੋਕਾਂ ਨੂੰ ਦੱਸਣੀ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਮੇਰੇ ਪਿਤਾ ਸ਼੍ਰੀ ਭਗਤ ਸਿੰਘ ਲਾਲ ਜੀ, ਫਾਰਮਰ ਕੈਬਨਿਟ ਮੰਤਰੀ ਦੀ ਵੋਟਾਂ ਉੱਪਰ, ਫਲੈਕਸਾਂ ਉੱਪਰ ਫੋਟੋਆਂ ਲਾਈਆਂ ਨੇ, ਇਹ ਨੇਤਾਗਣ ਪਿਛਲੇ 7 ਸਾਲ 'ਚੋਂ 7 ਵਾਰੀ ਵੀ ਘੱਟ ਉਹਨਾਂ ਦੇ ਕੋਲ ਪਤਾ ਲੈਣ ਨਹੀਂ ਗਏ ਹੋਣਗੇ ਕਿ ਉਹਨਾਂ ਦਾ ਸਵਾਸਥ ਕੈਸਾ ਹੈ, 7 ਵਾਰੀ ਵੀ ਮਿਲੇ ਨਹੀਂ ਹੋਣਗੇ ਕਿ ਤੁਸੀਂ ਕੈਸੇ ਹੋ। ਇਹ ਲੋਕ ਸਿਰਫ ਵੋਟਾਂ ਲੈਣ ਦੀ ਖਾਤਰ ਇੱਦਾਂ ਘਟੀਆ ਕੰਮ ਕਰ ਸਕਦੇ ਨੇ, ਮੈਨੂੰ ਇਹਦਾ ਮਹਿਸੂਸ ਨਹੀਂ ਕੀਤਾ ਕਿ ਇੱਦਾਂ ਦੇ ਵੀ ਘਟੀਆ ਕੰਮ ਕਰਨਗੇ। ਇਸ ਕਰਕੇ ਮੈਂ ਸਾਰੀ ਜਨਤਾ ਨੂੰ, ਸਾਰੇ ਸਮਾਜ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਾਰਿਆਂ ਨੇ ਉਹਨਾਂ ਤਸਵੀਰਾਂ ਦੇ, ਉਹਨਾਂ ਦੇ ਫਲੈਕਸ ਉੱਪਰ ਜੋ ਬੋਰਡ ਲੱਗੇ ਨੇ ਉਹਨਾਂ ਦੀ ਤਸਵੀਰਾਂ ਲਾਈਏ। ਇਹ ਗੱਲ ਠੀਕ ਹੈ ਕਿ ਨੋ ਮਾਈ ਫਾਦਰ ਇਜ਼ ਰਿਟਾਇਰਡ ਫਰੋਮ ਪੋਲੀਟਿਕਸ ਔਰ ਉਹਨਾਂ ਨੇ ਹੀ ਬਿਲੋਂਗ ਟੂ BJP ਨਾਲ ਉਹ ਮਤਲਬ ਕਿ ਸੰਬੰਧਿਤ ਸਨ, ਪਰ ਹੁਣ ਉਹ ਕਿਸੇ ਰਾਜਨੀਤਿਕ ਪਾਰਟੀ 'ਚ ਨਹੀਂ ਹੈਗੇ, ਨਾ ਹੀ ਕੰਮ ਕਰ ਰਹੇ ਨੇ। ਇਸ ਤਰ੍ਹਾਂ ਤਸਵੀਰ ਜਿਹੜੀ ਲਾਉਣੀ ਹੈਗੀ ਹੈ ਉਹ ਨਹੀਂ ਚਾਹੀਦੀ ਇਹਨਾਂ ਦਾ। ਅਗਰ ਹੋ ਸਕੇ ਇਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਮਿਲਣਾ ਗਿਲਣਾ, ਉਹ ਉਹਨਾਂ ਪਿਛਲੇ 7 ਸਾਲ ਤੋਂ ਨਹੀਂ ਮਿਲੇ, ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਇਸ ਕਰਕੇ ਸਾਡੀ ਕਿਰਪਾ ਕਰਕੇ ਫੋਟੋਆਂ ਨਾ ਲਾਉਣ, ਫੋਟੋਆਂ ਲਾਉਣ ਨਾਲ ਕੋਈ ਗੱਲ ਨਹੀਂ ਬਣਨੀ ਹੈਗੀ। ਜਨਤਾ ਨੇ ਫੈਸਲਾ ਕਰ ਲਿਆ ਹੈ ਕਿ ਅਸੀਂ ਹਰ ਇਨਸਾਨ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ, ਝੌੜ ਦੇ ਨਿਸ਼ਾਨ ਦਾ ਵੋਟ ਦਿਵਾਉਣਾ ਹੈ। ਔਰ ਮੇਰੇ ਔਰ ਪਿਤਾ ਜੀ ਦੇ ਸੰਬੰਧ ਇੱਕ ਬਰਾਬਰ ਹਨ, ਅਸੀਂ ਇੱਕ ਪਰਿਵਾਰ 'ਚ ਰਹਿੰਦੇ ਹਾਂ, ਸਾਡਾ ਜੁਆਇੰਟ ਫੈਮਿਲੀ ਹੈ। ਅਗਰ ਦੇਖਿਆ ਜਾਏ ਤਾਂ ਇਸ ਪਾਰਟੀ ਨੇ ਪਰਿਵਾਰ ਦੇ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਪਰਿਵਾਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ। ਕਦੇ ਇੱਦਾਂ ਦਾ ਮੈਂ ਨਹੀਂ ਦੇਖਿਆ ਕਿ BJP ਨੇ ਕਦੇ ਪਹਿਲਾਂ ਕੀਤਾ ਹੋਏ। ਇਹ ਕੁਛ ਸਮੇਂ ਤੋਂ BJP ਇੱਦਾਂ ਦੇ ਘਟੀਆ ਕੰਮ ਕਰ ਰਹੀ ਹੈ ਜਿਹੜੇ ਲੀਡਰ ਨੇ, ਖਾਸ ਕਰ ਪਾਰਟੀਆਂ ਹਮੇਸ਼ਾ ਇੱਦਾਂ ਦਾ ਕੰਮ ਨਹੀਂ ਚਾਹੁੰਦੀਆਂ, ਪਰ ਕੁਛ ਘਟੀਆ ਲੀਡਰ ਜਿਹੜੇ ਨੇ ਉਹ ਇੱਦਾਂ ਦੇ ਕੰਮ ਕਰਦੇ ਨੇ। ਮੈਂ ਉਹਨੂੰ ਬੇਨਤੀ ਕਰਾਂਗਾ ਇੱਦਾਂ ਦੇ ਕੰਮ ਨਾ ਕਰੋ, ਇਹਦੇ ਨਾਲ ਕੋਈ ਤੁਹਾਨੂੰ ਫਾਇਦਾ ਨਹੀਂ ਹੋਣਾ। ਜਨਤਾ ਸਭ ਜਾਣਦੀ ਹੈ, ਇਹ ਪਬਲਿਕ ਹੈ, ਸਭ ਜਾਣਦੀ ਹੈ। ਮੈਂ ਅੱਜ ਆਮ ਆਦਮੀ ਪਾਰਟੀ 'ਚ ਹੈਗਾ ਵਾਂ ਅਤੇ ਮੈਂ ਉਹਦੀ ਸੇਵਾ ਵੀ ਕਰ ਰਿਹਾ ਔਰ ਸਾਰੇ ਵਰਕਰਾਂ ਨੂੰ ਬੇਨਤੀ ਵੀ ਕਰ ਰਿਹਾ, ਸਾਰੀ ਜਨਤਾ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਜਿਹੜੀ ਗਰੀਬਾਂ ਦੀ, ਮਜ਼ਦੂਰਾਂ ਦੀ, ਕਿਸਾਨਾਂ ਦੀ, ਵਪਾਰੀਆਂ ਦੀ ਮਦਦ ਕਰ ਰਹੀ ਹੈ। ਲੋਕਾਂ ਦੇ 0 ਬਿੱਲ ਆ ਰਹੇ ਨੇ, ਲੋਕਾਂ ਨੂੰ ਬੱਸਾਂ ਦੇ ਉੱਪਰ ਫ੍ਰੀ ਟਰੈਵਲ ਕਰਨਾ ਮਿਲ ਰਿਹਾ ਹੈ, ਜਿਹਨਾਂ ਨੂੰ ਦਵਾਈ ਫ੍ਰੀ ਮਿਲ ਰਹੀ ਹੈ, ਮੈਡੀਕਲ ਲੈਬੋਰਟਰੀ ਟੈਸਟ ਫ੍ਰੀ ਹੋ ਰਹੇ ਨੇ, ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਔਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ। ਇਸ ਕਰਕੇ ਮੈਂ ਚਾਹਾਂਗਾ ਕਿ ਇੱਦਾਂ ਦੀ ਛੋਟੀ ਸੋਚ ਲੈ ਕੇ ਕੰਮ ਨਾ ਕਰੋ। ਬਹੁਤ ਬਹੁਤ ਧੰਨਵਾਦ।
ਜੈ ਭਾਰਤ ਜੈ ਹਿੰਦ।